ਮਸ਼ੀਨ ਦੇ ਗਈ ਸੀ ਜਵਾਬ ਅਤੇ ਕੱਪੜੇ ਹੋ ਗਏ ਸੀ ਖਰਾਬ। ਫਿਰ ਕੀ ਸੀ ਵਿਛੜੇ ਹੋਏ ਭਾਈਆਂ ਵਾਂਗੂ ਕੱਪੜਿਆਂ ਨੂੰ ਇਕੱਠੇ ਕਰਕੇ ਅਤੇ ਆਪਣੇ ਭਰੋਸੇਮੰਦ ਡਿਟਰਜੈਂਟ ਨੂੰ ਚੱਕ ਕੇ ਆਪਾਂ ਤੁਰ ਪਏ ਕੋਇਨ ਲਾਂਡਰੀ ਦੀਆਂ ਰਾਹਾਂ 'ਤੇ। ਬਸ ਫਿਰ ਕੀ ਸੀ, ਮਿੰਟ ਪੰਜਾਂ 'ਚ ਪਹੁੰਚ ਕੇ ਆਪਾਂ ਧਰਤੀ ਦੇ ਉਸ ਕੋਨੇ 'ਤੇ ਜਿੱਥੇ ਸਾਡੀ ਸਭ ਤੋਂ ਵੱਧ ਲੋੜ ਸੀ। ਭੁਲੇਖੇ ਨਾਲ ਲਿਆਂਦੇ ਨੋਟ ਦਾ ਸੌਦਾ ਅਸੀਂ ਇਸ ਭਲੀ ਮਸ਼ੀਨ ਨਾਲ ਕੀਤਾ ਅਤੇ ਆਪਦੀ ਧਨਰਾਸ਼ੀ ਲੈ ਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ। ਪੰਜਾਬ ਦੀਆਂ ਵੋਟਾਂ ਵਾਂਗੂ ਆਪਦੇ ਫੇਵਰੇਟ ਬਟਨ ਨੂੰ ਦੱਬ ਕੇ ਮੈਂ ਸਿੱਕੇ ਪਾਉਣ ਵੱਲ ਨੂੰ ਹੋਇਆ। ਅਗਲਾ ਕੰਮ ਸੀ ਇਸ ਮਸ਼ੀਨ ਨੂੰ ਖੁਰਾਕ ਦੇਣਾ, ਜਿਹਦੇ ਵਿੱਚ ਆਪਾਂ ਕੋਈ ਕੰਜੂਸੀ ਨਹੀਂ ਰੱਖੀ। ਫਿਰ ਕੀ ਸੀ, ਮਸ਼ੀਨ ਨੇ ਵੀ ਆਪਦਾ ਕੰਮ ਇਮਾਨਦਾਰੀ ਨਾਲ ਸ਼ੁਰੂ ਕੀਤਾ। ਵੇਟ ਕਰਨ ਦੌਰਾਨ ਅਸੀਂ ਇਸ ਮਸ਼ੀਨ ਅੱਗੇ ਬੈਠੇ ਜਿਹਦੇ ਤੁਸੀਂ ਆਹ ਸਮਾਨ ਕੱਢ ਸਕਦੇ ਹੋ। ਅੱਗੇ ਮੇਰੇ ਵਰਗੇ ਕਲਾਕਾਰਾਂ ਦੇ ਹੁਨਰ 'ਤੇ ਨਜ਼ਰ ਪਈ ਅਤੇ ਨਾਲੇ ਇਹ ਖਾਲੀ ਡੱਬਿਆਂ ਵੱਲ। ਧੋਤੇ ਕੱਪੜੇ ਸੁਕਾਉਣ ਦੇ ਲਈ ਅਸੀਂ ਡਰਾਇਰ ਵੱਲ ਨੂੰ ਰੁੱਖ ਕੀਤਾ ਅਤੇ 25 ਮਿੰਟਾਂ ਦੇ ਲੰਬੇ ਸਬਰ ਤੋਂ ਬਾਅਦ ਆਖਿਰਕਾਰ ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ। ਕੱਪੜਿਆਂ ਦੀ ਚਮਕ ਦੇ ਨਾਲ ਨਾਲ ਮੈਂ ਇੱਕ ਨਵਾਂ ਤਜਰਬਾ ਵੀ ਇੱਥੋਂ ਲੈ ਕੇ ਗਿਆ।